ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੀ ਵੱਲ। ਹੁਸ਼ਿਆਰਪੁਰ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰਵੀਂ ਚੋਣ ਰੈਲੀ ਨੂੰ ਕੀਤਾ ਸੰਬੋਧਨ। ਬੀਜੇਪੀ ਉਮੀਦਵਾਰ ਲਈ ਕੀਤਾ ਚੋਣ ਪ੍ਰਚਾਰ। ਜਲੰਧਰ ਚ AGTF ਤੇ ਗੈਂਗਸਟਰ ਵਿਚਾਲੇ ਮੁਕਾਬਲਾ। ਪੁਲਿਸ ਨੇ ਰੋਹਿਤ ਰਾਣਾ ਨੂੰ ਕੀਤਾ ਗ੍ਰਿਫ਼ਤਾਰ। ਜੰਮੂ ਦੇ ਕਠੂਆ ਚ ਸਬ ਇੰਸਪੈਕਟਰ ਦੀਪਕ ਸ਼ਰਮਾ ਦਾ ਕੀਤਾ ਸੀ ਕਤਲ। ਸਮਰਾਲਾ ਚ ਇੱਕ ਮੰਦਬੁੱਧੀ ਔਰਤ ਵੱਲੋਂ ਗੁਰੂ ਘਰ ਚ ਬੇਅਦਬੀ ਕਰਨ ਦੀ ਕੀਤੀ ਗਈ ਕੋਸ਼ਿਸ਼। CCTV ਕੈਮਰੇ ਚ ਹੋਇਆ ਕੈਦ ਪੂਰਾ ਘਟਨਾਕ੍ਰਮ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ਤਹਿਤ 1 ਜੂਨ ਨੂੰ ਪੰਜਾਬ ਵਿਚ ਹੋਣ ਵਾਲੀ ਪੋਲਿੰਗ ਪ੍ਰਕਿਰਿਆ ਦਾ ਅੱਜ ਸ਼ਾਮ 6 ਵਜੇ ਚੋਣ ਪ੍ਰਚਾਰ ਖਤਮ ਹੋ ਜਾਏਗਾ। ਅਖੀਰਲੇ ਦਿਨ ਭਾਜਪਾ ਕੇਂਦਰੀ ਆਗੂ ਪੰਜਾਬ 'ਚ ਵੋਟਾਂ ਬਟੋਰਨ ਲਈ ਆਪਣੀ ਪੂਰੀ ਤਾਕਤ ਲਾ ਰਹੇ ਨੇ। ਇਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਿਆਰਪੁਰ ਵਿਚ ਵੱਡੀ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ, ਜਿਸ ਦੌਰਾਨ ਉਨ੍ਹਾਂ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਚੋਣ ਲੜ ਰਹੇ ਭਾਜਪਾ ਉਮੀਦਵਾਰਾਂ ਲਈ ਵੋਟ ਦੀ ਮੰਗ ਕੀਤੀ। होशियारपुर को छोटी काशी कहा जाता है। ये गुरु रविदास जी की तपोभूमि है और संयोग देखिए, काशी जहां से मैं सांसद हूं वहां गुरु रविदास जी का जन्म हुआ था। इसलिए होशियारपुर की इस पुण्य भूमि पर आज चुनाव अभियान का समापन होना मेरे लिए अपने आप में सौभाग्य से कम नहीं है। भाइयों और बहनों, गुरु रविदास जी कहते थे, मन चंगा तो कठौती में गंगा। मैं भी पूरे ईमानदार मन से देश की सेवा में जुटा हुआ हूं और इसलिए जनता का आशीर्वाद भी मेरे साथ है। मैं देश भर में जाकर के आया हूं। जनता जनार्दन ने तीसरी बार मोदी सरकार बनाना पक्का कर लिया है। आज देश में आकांक्षाएं नहीं हैं,
आज देश में उम्मीदें नहीं है, आज देश में आत्मविश्वास नया है। दशकों बाद ऐसा समय आया है, पूर्ण बहुमत वाली केंद्र सरकार हैट्रिक लगाने जा रही है और इसकी सबसे बड़ी वजह है विकसित भारत का सपना। आज हर भारतीय विकसित भारत के सपने के साथ एक रूप हो गया है, जुड़ गया है और इसलिए हर देशवासी हमें आशीर्वाद दे रहा है। ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣ ਤੋਂ 2 ਦਿਨ ਪਹਿਲਾਂ ਜਲੰਧਰ ਵਿੱਚ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਜੰਮੂ ਦੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ। ਜਲੰਧਰ ਦਿਹਾਤੀ ਪੁਲਿਸ ਨੇ ਗੈਂਗਸਟਰ ਰੋਹਿਤ ਰਾਣਾ ਉਰਫ ਮੱਖਣ ਨੂੰ ਘੇਰ ਲਿਆ, ਜਿਸ ਤੋਂ ਬਾਅਦ ਉਸਨੇ ਪੁਲਿਸ ਤੇ 4 ਗੋਲੀਆਂ ਚਲਾਈਆਂ, ਫਿਰ ਉਹ ਇੱਕ ਘਰ ਵਿੱਚ ਲੁਕ ਗਿਆ। ਗੈਂਗਸਟਰ ਨਾਲ ਕ੍ਰਾਸ ਫਾਇਰਿੰਗ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ, ਜਿਸ ਤੋਂ ਬਾਅਦ ਉਸਨੂੰ ਭੋਗਪੁਰ ਥਾਣੇ ਲਿਆਂਦਾ ਗਿਆ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਕਿ ਗੈਂਗਸਟਰ ਰਾਣਾ ਨੇ ਜੰਮੂ ਦੇ ਕਠੂਆ 'ਚ ਸਬ ਇੰਸਪੈਕਟਰ ਦੀਪਕ ਸ਼ਰਮਾ ਦਾ ਕਤਲ ਕੀਤਾ ਸੀ। ਉਦੋਂ ਤੋਂ ਉਹ ਫਰਾਰ ਸੀ ਤੇ ਦੇਰ ਸ਼ਾਮ ਪੁਲਿਸ ਨੂੰ ਸੂਚਨਾ ਮਿਲੀ ਕਿ ਉਹ ਭੋਗਪੁਰ ਦੇ ਮਮੰਦਪੁਰ ਪਿੰਡ ਆਇਆ, ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਘੇਰਾ ਪਾ ਲਿਆ। ਇਸ ਦੌਰਾਨ ਉਸਨੇ ਗੋਲੀਬਾਰੀ ਸ਼ੁਰੂ ਕੀਤੀ ਤੇ ਬਚਣ ਲਈ ਘਰ ਵਿੱਚ ਲੁਕ ਗਿਆ। ਪੁਲਿਸ ਨੇ ਘਰ ਨੂੰ ਚਾਰੇ ਪਾਸਿਓਂ ਘੇਰ ਲਿਆ। ਇਸ ਤੋਂ ਬਾਅਦ ਕ੍ਰਾਸ ਫਾਇਰਿੰਗ 'ਚ ਗੈਂਗਸਟਰ ਰਾਣਾ ਦੀ ਲੱਤ 'ਚ ਗੋਲੀ ਲੱਗੀ, ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਰਾਣਾ ਭੋਗਪੁਰ ਦੀ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਇੱਕ ਰੋਹਿਤ ਏਲੀਅਸ ਮੱਖਣ ਹੈ, ਜਿਹੜਾ ਜੰਮੂ ਦਾ ਰਹਿਣ ਵਾਲਾ ਇੱਕ ਗੈਂਗਸਟਰ ਹੈ, ਜਿਸ ਦੇ ਪੰਜਾਬ ਦੇ ਗੈਂਗਸਟਰ ਦੇ ਨਾਲ ਕਾਫੀ ਲਿੰਕ ਸੀਗੇ ਔਰ ਮਿਤੀ 2-4 ਨੂੰ ਇਹ ਕਠੂਆ ਪੁਲਿਸ ਸਟੇਸ਼ਨ ਜਿਹੜਾ ਜੰਮੂ ਕਸ਼ਮੀਰ 'ਚ ਪੈਂਦਾ, ਉੱਥੇ ਇੱਕ ਸਾਡੇ ਪ੍ਰੋਬੇਸ਼ਨਰ ਸਬ ਇੰਸਪੈਕਟਰ ਜੰਮੂ ਕਸ਼ਮੀਰ ਦੇ ਸੀਗੇ, ਉਹਨਾਂ ਨੂੰ ਫਾਇਰਿੰਗ ਕਰਕੇ ਇਹਨੇ ਮਰਡਰ ਕੀਤਾ ਸੀ, ਸ਼ਹੀਦ ਕੀਤਾ ਸੀਗਾ। ਉਸ ਤੋਂ ਬਾਅਦ ਇਹ ਕੰਟੀਨਿਊਸਲੀ ਪੰਜਾਬ ਦੇ ਵਿੱਚ ਰਹਿ ਕੇ ਇੱਥੇ ਠਹਿਰਾ ਲੈ ਰਿਹਾ ਸੀਗਾ। ਜੋ ਅਸੀਂ ਕੰਟੀਨਿਊਸਲੀ ਲੋਕਲ ਪੁਲਿਸ, ਡਿਸਟ੍ਰਿਕਟ ਪੁਲਿਸ ਔਰ ਜੰਮੂ ਪੁਲਿਸ ਦੇ ਨਾਲ ਟਾਈ ਅਪ ਸੀਗੇ, ਜੋ ਕਾਫੀ ਮਿਹਨਤ ਤੋਂ ਬਾਅਦ ਅੱਜ ਜਦੋਂ ਇਹ ਇਨਫੋਰਮੇਸ਼ਨ ਆਈ ਵੀ ਇਹ ਮਮੰਦਪੁਰ ਪਿੰਡ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਰਹਿ ਰਿਹਾ, ਤੇ ਅਸੀਂ ਇੱਥੇ ਆ ਕੇ ਜਦੋਂ ਵੈਰੀਫਾਈ ਕੀਤਾ ਔਰ ਜਦੋਂ ਘਰ ਨੂੰ ਘੇਰਾ ਪਾਇਆ ਤਾਂ ਇਸ ਨੂੰ ਪਤਾ ਲੱਗ ਗਿਆ, ਗੱਡੀਆਂ ਦੇਖ ਲਈਆਂ ਔਰ ਇਹਨੇ ਅੰਦਰੋਂ ਫਾਇਰ ਕੀਤੇ, 4 ਫਾਇਰ ਕੀਤੇ, ਜੋ ਇਹਨੂੰ ਸਾਡੀ ਟੀਮ ਦੇ ਇੰਚਾਰਜ ਉਹਨਾਂ ਨੇ ਇਹਨਾਂ ਨੂੰ ਪੇਸ਼ ਹੋਣ ਲਈ ਕਿਹਾ, ਸਰੈਂਡਰ ਕਰਨ ਲਈ ਕਿਹਾ, ਪਰ ਇਹ ਫਾਇਰਿੰਗ ਕਰਦਾ ਰਿਹਾ। ਜੋ ਇਹਨਾਂ ਨੇ ਸੈਲਫ ਹਿਫਾਜ਼ਤ ਲਈ ਜਦੋਂ ਅੱਗੋਂ ਫਾਇਰ ਕੀਤੇ ਤੇ ਇਹ ਜ਼ਖਮੀ ਹੋ ਗਿਆ ਔਰ ਉਸ ਤੋਂ ਬਾਅਦ ਇਹਨੂੰ ਕਾਬੂ ਕੀਤਾ ਗਿਆ, ਜਿਹਦੇ ਕੋਲੋਂ 2 ਪਿਸਟਲ ਜਿਹੜੇ ਆ ਉਹ ਬਰਾਮਦ ਹੋਏ ਆ। ਫਿਲਹਾਲ ਉਹਨੂੰ ਅਸੀਂ ਟ੍ਰੀਟਮੈਂਟ ਲਈ ਹੋਸਪਿਟਲ ਭੇਜ ਦਿੱਤਾ ਆ। ਇਸ ਦੇ ਉੱਤੇ ਪੁਰਾਣੇ 2 ਕੇਸ ਰਜਿਸਟਰ ਹੈ, ਇੱਕ ਮਰਡਰ ਕੇਸ 93 ਨੰਬਰ ਜੰਮੂ ਕਸ਼ਮੀਰ, ਇੱਕ 104 ਨੰਬਰ ਹੈ ਉਹ ਵੀ ਕਠੂਆ ਪੁਲਿਸ ਸਟੇਸ਼ਨ ਦਾ ਜੰਮੂ ਕਸ਼ਮੀਰ, ਔਰ 2 ਕੇਸਿਸ ਤੇ ਪੰਜਾਬ ਦੇ ਵਿੱਚ ਵਾਂਟਡ ਹੈ। ਕੰਟੀਨਿਊਸਲੀ ਇਹ ਪੰਜਾਬ ਦੇ ਗੈਂਗਸਟਰਾਂ ਦੇ ਨਾਲ ਇੰਟੈਕ ਸੀਗਾ, ਜਿਸ ਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਔਰ ਅਗਲੀ ਤਫਤੀਸ਼ ਕਰ ਰਹੇ ਹਾਂ। ਸਮਰਾਲਾ ਦੇ ਅਧੀਨ ਪੈਂਦੇ ਪਿੰਡ ਢਿਲਵਾਂ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਮੰਦਬੁੱਧੀ ਔਰਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੇ ਜਾਣ ਦਾ ਪਤਾ ਚੱਲਿਆ। ਘਟਨਾ ਦਾ ਪਤਾ ਚੱਲਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ, ਨਿਹੰਗ ਜਥੇਬੰਦੀਆਂ ਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂ ਮੌਕੇ ਤੇ ਪੁੱਜ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਾਮਲੇ ਦੀ ਤਫਤੀਸ਼ ਲਈ ਪੁੱਜੇ ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਵਾੜਾ ਦੇ ਸ਼੍ਰੋਮਣੀ ਕਮੇਟੀ ਕਥਾਵਾਚਕ ਤੇ ਪ੍ਰਚਾਰਕ ਇਕਨਾਮ ਸਿੰਘ ਨੇ ਦੱਸਿਆ ਕਿ ਇਸ ਮੰਦਬੁੱਧੀ ਔਰਤ ਵੱਲੋਂ ਬੇਅਦਬੀ ਦੀ ਘਟਨਾ ਨੂੰ ਸਵੇਰੇ ਕਰੀਬ 5 ਵਜੇ ਅੰਜਾਮ ਦਿੱਤਾ ਗਿਆ। ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ
ਦੇ ਗ੍ਰੰਥੀ ਸਿੰਘ ਸਵੇਰੇ 5 ਵਜੇ ਜਿਉਂ ਹੀ ਨਿਤਨੇਮ ਦੇ ਭੋਗ ਪਾ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਤੇ ਇਸੇ ਹਦੂਦ ਅੰਦਰ ਬਣੇ ਆਪਣੇ ਰਿਹਾਇਸ਼ੀ ਕਮਰੇ ਚਲੇ ਗਏ। ਇਸ ਤੋਂ ਬਾਅਦ ਜਦੋਂ ਸੰਗਤਾਂ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਅੰਦਰ ਆਈਆਂ ਤਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਲਿਆਂ ਦੀ ਹੋਈ ਹਿਲਜੁਲ ਨੂੰ ਦੇਖ ਕੇ ਸ਼ੱਕ ਜ਼ਾਹਿਰ ਕੀਤਾ। ਇਸ ਸੰਬੰਧੀ ਜਦੋਂ ਗ੍ਰੰਥੀ ਸਿੰਘ ਨੂੰ ਦੱਸਿਆ ਗਿਆ ਤਾਂ ਉਹਨਾਂ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ। ਕੈਮਰੇ ਚੈੱਕ ਕਰਨ ਤੇ ਪਤਾ ਚੱਲਿਆ ਕਿ ਗ੍ਰੰਥੀ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਜਾਣ ਤੋਂ ਬਾਅਦ ਇਹ ਔਰਤ ਗੁਰਦੁਆਰਾ ਸਾਹਿਬ ਅੰਦਰ ਦਾਖਿਲ ਹੋਈ ਤੇ ਉਸਨੇ ਸ਼੍ਰੀ ਗ੍ਰੰਥ ਸਾਹਿਬ ਜੀ ਤੋਂ ਰੁਮਾਲਾ ਹਟਾਇਆ ਤੇ ਚੋਰ ਸਾਹਿਬ ਕਰਨ ਲੱਗ ਪਈ ਤੇ ਫਿਰ ਮਹਾਰਾਜ ਦੇ ਸਾਰੇ ਅੰਗ ਇੱਕ ਪਾਸੇ ਕਰ ਦਿੱਤੇ। ਇਸ ਤੋਂ ਬਾਅਦ ਉਸਨੇ ਮਹਾਰਾਜ ਸਾਹਿਬ ਸੰਤੋਖ ਦਿੱਤੇ। ਫਿਰ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਚਲੀ ਗਈ। ਇਸ ਮੌਕੇ ਤੇ ਪੁੱਜੇ ਸਤਿਕਾਰ ਕਮੇਟੀ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਖਾਲਸਾ ਨੇ ਕਿਹਾ ਕਿ ਜਿਸ ਔਰਤ ਨੇ ਇਸ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਉਸਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ। ਅੱਜ ਪਿੰਡ ਢਿੱਲਵਾਂ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਵੇਰ ਦੇ ਸਮੇਂ ਜਦੋਂ ਇੱਥੋਂ ਦੇ ਗ੍ਰੰਥੀ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਉਹਨਾਂ ਨੇ ਪ੍ਰਕਾਸ਼ ਕੀਤਾ, ਨਿਤਨੇਮ ਕੀਤਾ, ਉਪਰੰਤ ਉਹ ਆਪਣੇ ਕਮਰੇ ਵਿੱਚ ਸਨ। ਜਿਸ ਸਮੇਂ ਦੇ ਦੌਰਾਨ 5:15 ਇੱਕ ਇਸਤਰੀ ਨੇ ਆ ਕੇ, ਬੀਬੀ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੁਮਾਲਾ ਸਾਹਿਬ ਨੂੰ 2-3 ਵਾਰ ਪਿੱਛੇ ਹਟਾਇਆ। ਉਸ ਤੋਂ ਬਾਅਦ ਫਿਰ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਗ ਇੱਕ ਪਾਸੇ ਇਕੱਠੇ ਕਰ ਦਿੱਤੇ ਔਰ ਉਸ ਤੋਂ ਉਪਰੰਤ ਉਸਨੇ ਉਸੇ ਤਰ੍ਹਾਂ ਹੀ ਰੁਮਾਲਾ ਫਿਰ ਉੱਪਰ ਢੱਕ ਕੇ ਅਤੇ ਉਹ ਮਤਬੁੱਧੀ ਜੋ ਇਸਤਰੀ ਸੀ, ਜੋ ਦਿਮਾਗੀ ਤੌਰ 'ਤੇ ਉਸਦਾ ਸੰਤੁਲਨ ਠੀਕ ਨਹੀਂ ਔਰ ਉਹ ਆਪਣੇ ਚਲੇ ਗਈ। ਉਸ ਤੋਂ ਬਾਅਦ ਜਦੋਂ ਸੰਗਤ ਮੱਥਾ ਟੇਕਣ ਆਈ ਤਾਂ ਸੰਗਤ ਨੇ ਮਹਿਸੂਸ ਕੀਤਾ ਕਿ ਮਹਾਰਾਜ ਦੇ ਸਰੂਪ ਜੋ ਪ੍ਰਕਾਸ਼ਮਾਨ ਨਹੀਂ ਹਨ, ਤਾਂ ਉਹਨਾਂ ਸੰਗਤ ਨੇ ਜਦੋਂ ਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਰੇ ਇੱਕ ਪਾਸੇ ਅੰਗ ਇਕੱਠੇ ਕੀਤੇ ਹੋਏ ਸਨ। ਉਹਨਾਂ ਨੇ ਉਸੇ ਵੇਲੇ ਗ੍ਰੰਥੀ ਸਿੰਘ ਨੂੰ ਕਮਰੇ ਵਿੱਚੋਂ ਬੁਲਾ ਕੇ ਅਤੇ ਸਾਰੀ ਸਿਚੁਏਸ਼ਨ ਦਿਖਾਈ, ਕਿਉਂਕਿ ਜੂਠੇ ਹੱਥਾਂ ਨਾਲ ਉਹ ਇਸਤਰੀ ਨੇ, ਬੀਬੀ ਨੇ ਆ ਕੇ ਗੁਰੂ ਸਵਾਰਿਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਔਰ ਗੁਰੂ ਮਹਾਰਾਜ ਸਤਿਗੁਰੂ ਜੀ ਦੇ ਸਰੂਪ ਦੀ ਇਹ ਬੇਅਦਬੀ ਇਸੇ ਕਰਕੇ ਹੋਈ ਹੈ, ਅਸੀਂ ਮਹਿਸੂਸ ਕਰ ਰਹੇ ਹਾਂ। ਜਦੋਂ ਆ ਕੇ ਮਹਾਰਾਜ ਦੇ ਸਰੂਪ ਦਾ ਦਰਸ਼ਨ ਕੀਤਾ ਹੈ, ਅੰਗ ਤਾਂ ਨਹੀਂ ਪਾਟੇ ਹੋਏ ਗੁਰੂ ਗ੍ਰੰਥ ਸਾਹਿਬ ਦੇ, ਪਰ ਜੂਠੇ ਹੱਥਾਂ ਨਾਲ ਗੁਰੂ ਸਵਾਰਿਓ ਉਸਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਅਤੇ ਇਹ ਵੀ ਕਮੀ ਦੇਖ ਰਹੇ ਹਾਂ ਕਿ ਇੱਥੇ ਕੋਈ ਸੇਵਾਦਾਰ ਹੀ ਹਾਜ਼ਰ ਨਹੀਂ। ਜਿਸ ਸਮੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਦਰਵਾਜ਼ਾ ਖੁੱਲ੍ਹਾ ਹੈ, ਤਾਂ ਆਪਾਂ ਨੂੰ ਅੱਜ ਬਹੁਤ ਵੱਡੀ ਇਹ ਦੁੱਖ ਦੀ ਘਟਨਾ ਹੈ, ਬਹੁਤ ਦੁੱਖ ਹੋਇਆ ਹੈ ਇਸ ਗੱਲ ਨੂੰ ਦੇਖ ਕੇ। ਇਹ ਸਾਡੇ ਕੋਲ ਢਿੱਲਵਾਂ ਪਿੰਡ ਤੋਂ ਸਵੇਰੇ ਤਕਰੀਬਨ 7 ਦੇ ਲਾਗੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਜਸਵੰਤ ਕੌਰ ਵਾਈਫ ਆਫ ਵਿਕਰਮ ਸਿੰਘ ਦੀ ਇੱਕ ਲੇਡੀ ਨੇ ਢਿੱਲਵਾਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ 12,000 ਮਹੱਲਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਹੜੇ ਉਹਨੇ ਛੇੜਛਾੜ ਕੀਤੀ ਹੈ, ਜਿਹਦੇ ਨਾਲ ਬੇਅਦਬੀ ਕੀਤੀ ਹੈ, ਪਰ ਇਸ ਦੌਰਾਨ ਕੋਈ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਅੰਗਾਂ ਦੀ ਕੋਈ ਬੇਅਦਬੀ ਨਹੀਂ ਹੋਈ। ਜਿਹੜੀ ਉਹਨੇ ਛੇੜਛਾੜ ਕਰਕੇ ਬੇਅਦਬੀ ਕੀਤੀ ਹੈ, ਇਹਦੇ ਸੰਬੰਧੀ ਸਾਡੇ ਕੋਲ ਸਰ ਸੁਖਵਿੰਦਰ ਸਿੰਘ ਨੇ, ਭਗਵਾਨ ਵਿਰੋਧ ਸਤਿਕਾਰ ਕਮੇਟੀ ਦੇ ਜਿਹੜੇ ਮੈਂਬਰ ਆਪਣੇ ਪ੍ਰਧਾਨ ਨੇ, ਇਹਨਾਂ ਦੀ ਕੰਪਲੇਂਟ 'ਤੇ ਹੀ FIR ਨੰਬਰ 117 ਅੰਡਰ ਸੈਕਸ਼ਨ 295 ਦਰਜ ਕਰਕੇ ਇਸ ਲੇਡੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਬਿਨਾਂ ਸਤਿਕਾਰ ਕਮੇਟੀ ਵੱਲੋਂ ਜਿਹੜੀ ਉੱਥੇ ਸੁੱਖ ਆਸਣ ਜਿੱਥੇ ਮਹਾਰਾਜਾ ਕੀਤਾ ਜਾਂਦਾ ਹੈ ਉੱਥੇ ਕੋਈ ਇਤਰਾਜ਼ ਜਤਾਏ ਆ, ਉਹਦੇ ਬਾਰੇ ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਜਿਹੜੀ ਕਮੇਟੀ ਆਈ ਸੀ ਦੀ SGPC ਮੈਂਬਰ, ਉਹਨਾਂ ਨੇ ਵੀ ਆਪਣੀ ਜਿਹੜੀ ਰਿਪੋਰਟ ਤਿਆਰ ਕਰਕੇ ਦਰਬਾਰ ਸਾਹਿਬ ਉੱਥੇ SGPC ਜਿਹੜਾ ਹੈੱਡ ਆਫਿਸ ਹੈ ਉੱਥੇ ਭੇਜ ਦਿੱਤੀ।
ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਡਾਕਟਰ ਅਮਰ ਸਿੰਘ ਵੱਲੋਂ ਆਪਣੇ ਚੋਣ ਪ੍ਰਚਾਰ ਦੇ ਆਖਰੀ ਦਿਨਾਂ ਦੌਰਾਨ ਹਲਕਾ ਫਤਿਹਗੜ੍ਹ ਸਾਹਿਬ ਦੇ ਦਰਜਨਾਂ ਪਿੰਡਾਂ ਵਿੱਚ ਆਪਣੀ ਚੋਣ ਕੰਪੇਨ ਕਰਕੇ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਕੇਂਦਰ ਵਿੱਚੋਂ ਬੀਜੇਪੀ ਸਰਕਾਰ ਨੂੰ ਚੱਲਦਾ ਕਰਨਾ ਜ਼ਰੂਰੀ ਹੈ ਕਿਉਂਕਿ ਲੋਕ ਪੱਖੀ ਸਰਕਾਰ ਕੇਵਲ ਕਾਂਗਰਸ ਸਰਕਾਰ ਹੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਲੋਕਾਂ ਨੂੰ ਸਹੂਲਤਾਂ ਦੇਣ ਲਈ ਵੱਡੀ ਯੋਜਨਾਵਾਂ ਲਿਆਂਦੀਆਂ ਗਈਆਂ, ਜਦੋਂ ਕਿ ਆਮ ਆਦਮੀ ਪਾਰਟੀ ਅਤੇ ਕੇਂਦਰ ਦੀ ਮੋਦੀ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਸਕੂਲਤਾਂ 'ਚ ਕਮੀ ਜ਼ਰੂਰ ਕੀਤੀ। ਨਾਲ ਹੀ ਉਹਨਾਂ ਆਪਣੇ ਸੰਬੋਧਨ ਦੌਰਾਨ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਡਾਕਟਰ ਅਮਰ ਸਿੰਘ ਨੂੰ ਸੰਸਦ 'ਚ ਲਿਆਉਣਾ ਜ਼ਰੂਰੀ ਹੈ। ਘੱਟੋ-ਘੱਟ 1000 ਆਦਮੀ ਆਇਆ ਹੋਊਗਾ ਔਰ ਲੋਕਾਂ ਦਾ ਉਤਸ਼ਾਹ ਦੇਖੋ ਕਾਂਗਰਸ ਪਾਰਟੀ ਲਈ ਔਰ ਡਾਕਟਰ ਅਮਰ ਸਿੰਘ ਲਈ, ਤੇ ਬਿਲਕੁਲ ਇਹ ਸਪਸ਼ਟ ਹੈ ਕਿ ਅਸੀਂ ਫਤਿਹਗੜ੍ਹ ਸਾਹਿਬ ਵਾਲੀ ਪਾਰਲੀਮੈਂਟ ਵੀ ਜਿੱਤਾਂਗੇ ਔਰ ਆ ਵਿਧਾਨ ਸਭਾ ਵੀ ਬਹੁਤ ਵੱਡੀ ਲੀਡ ਤੇ ਜਿੱਤਾਂਗੇ। ਉਹ ਤੇ ਕਹਿ ਰਹੇ ਆ ਕਿ ਫਿਕਰ ਹੀ ਨਾ ਕਰੋ, ਅਸੀਂ ਬਿਲਕੁਲ ਕੰਮ ਸਿਰੇ ਤੇ ਲਾ ਦਿਆਂਗੇ। ਲੋਕਾਂ ਨੂੰ ਵੀ ਅਪੀਲ ਕਰਦੇ ਕਿ ਸਾਹਿਬ ਦੇਖੋ ਗੱਲ ਸਮਝਣ ਵਾਲੀ ਆ, ਮੋਦੀ ਨੂੰ ਭਾਜਪਾ ਨੂੰ ਲਾਉਣਾ ਬਹੁਤ ਜ਼ਰੂਰੀ ਆ ਪੰਜਾਬ ਦੇ ਹਿੱਤ 'ਚ, ਔਰ ਦੂਸਰਾ ਕਾਂਗਰਸ ਇਕੱਲੀ ਪਾਰਟੀ ਆ ਜਿਹੜੀ ਲੜਾਈ ਕਰ ਸਕਦੀ ਆ, ਔਰ ਡਾਕਟਰ ਅਮਰ ਸਿੰਘ ਪੜ੍ਹਿਆ ਲਿਖਿਆ ਕੈਂਡੀਡੇਟ ਆ, 5 ਸਾਲ ਉੱਥੇ ਉਹਨਾਂ ਨਾਲ ਲੜਾਈ ਕਰਦਾ ਰਿਹਾ, ਉਹਨੂੰ ਡਾਕਟਰ ਅਮਰ ਸਿੰਘ ਨੂੰ ਵੋਟ ਪਾਓ, ਇੱਕ ਨੰਬਰ ਦਾ ਹੀ ਬਟਨ ਉਹਦੇ ਵੋਟ ਬਟਨ। ਇੱਕ ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਫਾਜ਼ਿਲਕਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਡਾਕਟਰ ਸੇਨੂ ਦੁੱਗਲ ਤੇ SSP ਡਾਕਟਰ ਪ੍ਰਗਿਆ ਜੈਨ ਨੇ ਮੀਡੀਆ ਕਰਮੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਜ਼ਿਲ੍ਹੇ ਵਿੱਚ ਚੋਣਾਂ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਇਸ ਦੌਰਾਨ ਜਿੱਥੇ ਪੋਲਿੰਗ ਬੂਥਾਂ ਤੇ ਹਰ ਪ੍ਰਕਾਰ ਦੀ ਬੁਨਿਆਦੀ ਸਹੂਲਤਾਂ ਯਕੀਨੀ ਬਣਾਈਆਂ ਜਾ ਰਹੀਆਂ ਨੇ, ਉੱਥੇ ਪੋਲਿੰਗ ਸਟਾਫ ਦੇ ਵੈਲਫੇਅਰ ਲਈ ਹੀਟ ਵੇਵ ਦੇ ਮੱਦੇਨਜ਼ਰ ਵੋਟਰਾਂ ਲਈ ਵੀ ਬੂਥਾਂ ਤੇ ਸ਼ਮਿਆਨਾ ਸ਼ਬੀਲ ਆਦਿ ਦੀ ਵਿਵਸਥਾ ਕੀਤੀ ਜਾ ਰਹੀ ਹੈ। ਜਿਹੜਾ ਇੱਕ ਕਾਮਨ ਕੰਟਰੋਲ ਰੂਮ ਬਣਾਇਆ ਜਾਊਗਾ ਉਹਦਾ ਨੰਬਰ ਆਪਾਂ ਤੁਹਾਡੇ ਰਾਹੀਂ ਸਾਰਿਆਂ ਨਾਲ ਸ਼ੇਅਰ ਕਰਾਂਗੇ ਸ਼ੋਰਟਲੀ, ਤੇ ਕਿਸੇ ਵੀ ਸਿਟੀਜ਼ਨ ਦੇ ਕੋਲ ਕੋਈ ਵੀ ਸ਼ਿਕਾਇਤ ਹੈ ਜਾਂ ਕੋਈ ਇਨਫੋਰਮੇਸ਼ਨ ਹੈ ਉਹ ਡਾਇਰੈਕਟਲੀ ਇਸ ਨੰਬਰ ਤੇ ਸਾਨੂੰ ਦੱਸ ਸਕਦਾ ਹੈ ਐਂਡ ਵੀ ਵਿਲ ਟੇਕ ਇਮੀਡੀਏਟ ਐਕਸ਼ਨ ਐਂਡ ਪ੍ਰੋਵਾਈਡ ਅ ਸਵਿਫਟ ਰਿਸਪੋਂਸ। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ 'ਚ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਨੇ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਗੁਰਜੀਤ ਸਿੰਘ ਔਜਲਾ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਵਿਕਾਸ ਸੋਨੀ, ਸਰਬਜੀਤ ਸਿੰਘ ਲਾਟੀ ਸਮੇਤ ਕਈ ਹੋਰ ਆਗੂ ਹਾਜ਼ਰ ਰਹੇ। ਸਾਡੀਆਂ ਵੋਟਾਂ ਨਾਲ ਇੱਥੋਂ ਮੈਂਬਰ ਪਾਰਲੀਮੈਂਟ ਚੁਣ ਕੇ ਜਾਣਾ ਹੈ। ਸੋ ਸਾਡੀ ਕਾਂਗਰਸ ਪਾਰਟੀ ਨੇ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਨੂੰ ਤੀਸਰੀ ਵਾਰ ਟਿਕਟ ਦੇ ਕੇ ਸਾਡੀ ਸੇਵਾ ਲਈ ਭੇਜਿਆ। ਸੋ ਮੇਰੀ ਬੇਨਤੀ ਕਬੂਲ ਕਰਿਓ, ਉਸ ਆਪਣੇ ਵੀਰ ਨੂੰ, ਨੌਜਵਾਨ ਸਾਥੀ ਨੂੰ ਵੋਟਾਂ ਪਾ ਕੇ ਹਿੰਦੁਸਤਾਨ ਦੀ ਪਾਰਲੀਮੈਂਟ 'ਚ ਭੇਜੋ, ਸਾਡੀ ਆਵਾਜ਼ ਬੁਲੰਦ ਕਰ ਸਕੇ। ਔਰ ਮੈਂ ਮੈਂਬਰ ਪਾਰਲੀਮੈਂਟ ਬਣ ਕੇ ਤੁਹਾਡੀ ਆਵਾਜ਼ ਬਣਿਆ ਉਸ ਪਾਰਲੀਮੈਂਟ ਦੇ ਅੰਦਰ, ਇੱਕ ਇੱਕ ਮੁੱਦਾ ਇਸ ਨਗਰੀ ਦਾ ਪਾਰਲੀਮੈਂਟ ਦੇ ਵਿੱਚ ਡਿਸਕਸ ਕੀਤਾ, ਔਰ
ਤੁਹਾਡੇ ਮਸਲੇ ਵੀ ਹੱਲ ਕਰਾਏ ਸੋਨੀ ਸਾਹਿਬ ਨੇ, ਜਿੱਦਾਂ ਮੇਰੇ ਵੱਡੇ ਨੇ ਔਰ ਭਰਾ ਵੀ ਨੇ, ਬਜ਼ੁਰਗਾਂ ਦੀ ਥਾਂ 'ਤੇ ਵੀ ਨੇ, ਸਿਆਸੀ ਗੁਰੂ ਵੀ ਨੇ, ਕਿਉਂਕਿ ਚੰਗੇ ਬੰਦੇ ਨਾਲ ਸਿਆਸਤ ਕੀਤੀ ਹੋਵੇ ਤਾਂ ਇੱਕੋ ਲਿਖਾਉਂਦੀ ਕਿ ਕੰਮ ਕਰੋ। ਅੱਜ ਅਸੀਂ ਲੋਕ ਵਿਕਾਸ ਦੇ ਨਾਂ 'ਤੇ ਵੋਟ ਮੰਗਦੇ ਹਾਂ, ਅਸੀਂ ਕੋਈ ਧਰਮ ਦੇ ਨਾਂ 'ਤੇ ਵੋਟ ਨਹੀਂ ਮੰਗਦੇ, ਕਿਸੇ ਜਾਤ ਦੇ ਨਾਂ 'ਤੇ ਨਹੀਂ ਮੰਗਦੇ, ਕਿਉਂਕਿ ਜਦੋਂ ਵੋਟ ਪਾਉਣੀ ਵੋਟ ਦਾ ਮੁੱਲ ਇੱਕੋ ਜਿਹਾ, ਸਾਰੇ ਇਕੱਠੇ ਹੈ, ਸੰਵਿਧਾਨ ਨੇ ਸਾਨੂੰ ਤਾਕਤ ਦਿੱਤੀ ਹੈ। ਸ਼੍ਰੀ ਫਤਿਹਗੜ੍ਹ ਸਾਹਿਬ 'ਚ ਬਾਰ ਐਸੋਸੀਏਸ਼ਨ ਵੱਲੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਵਕੀਲਾਂ ਬਾਰੇ ਮਾੜੀ ਸ਼ਬਦਾਵਲੀ ਬੋਲਣ ਦੇ ਖਿਲਾਫ਼ ਹੜਤਾਲ ਕਰਕੇ ਕੰਮ ਬੰਦ ਕਰਕੇ ਦੋ ਰੋਜ਼ਾ ਹੜਤਾਲ ਕੀਤੀ ਗਈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪਹਿਲਾਂ ਮਿਸਤਰੀ ਭਾਈਚਾਰੇ ਲਈ ਮੰਦੀ ਸ਼ਬਦਾਵਲੀ ਬੋਲੀ ਸੀ, ਫਿਰ ਹੁਣ ਵਕੀਲਾਂ ਬਾਰੇ ਬੋਲੀ ਜਾ ਰਹੀ, ਜਿਸ ਕਾਰਨ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ ਹੜਤਾਲ ਕਰਕੇ ਕੰਮ ਬੰਦ ਕੀਤਾ ਗਿਆ। ਪੰਜਾਬ ਦੇ ਇੱਕ ਕੈਬਨਿਟ ਮੰਤਰੀ ਔਰ ਤਰਨ ਤਾਰਨ ਤੋਂ ਇਲੈਕਸ਼ਨ ਲੜ ਰਹੇ ਹੈਗੇ ਆ ਖਡੂਰ ਸਾਹਿਬ ਤੋਂ, ਲਾਲਜੀਤ ਸਿੰਘ ਭੁੱਲਰ, ਉਹਨਾਂ ਦਾ ਪਿਛਲੇ ਟਾਈਮਾਂ ਦੇ ਵਿੱਚ ਵੀ ਬਹੁਤ ਮੰਦਭਾਗੇ ਬਿਆਨ ਦਿੱਤੇ ਆ ਉਹਨਾਂ ਨੇ, ਪੰਜਾਬ ਦੀਆਂ ਜਾਤੀਆਂ ਨੂੰ ਲੈ ਕੇ ਜਾਤੀ ਵਿਰੋਧੀ ਜਿਹੜੇ ਹੈਗੇ ਸ਼ਬਦ ਯੂਜ਼ ਕੀਤੇ ਆ, ਕਿਸੇ ਨੂੰ ਗੁੱਲੀ ਘਰ ਦੱਸਿਆ, ਕਿਸੇ ਨੂੰ ਸੁਨਿਆਰੇ ਦੱਸੇ ਆ, ਔਰ ਕੱਲ ਉਹਨੇ ਆਖਰੀ ਵਾਰ ਜਿਹੜਾ ਹੈਗਾ ਵਕੀਲਾਂ ਦੇ ਉੱਤੇ ਕੀਤਾ, ਔਰ ਵਕੀਲਾਂ ਦੇ ਬਾਰੇ ਉਹਦੀ ਬਹੁਤ ਹੀ ਗੰਦੀ ਭਾਸ਼ਾ ਰਹੀ, ਔਰ ਗੰਦੀ ਭਾਸ਼ਾ ਕਰਨ ਤੋਂ ਬਾਅਦ ਜਦੋਂ ਦੇਖਿਆ ਕਿ ਸਾਰੇ ਪੰਜਾਬ ਦੇ ਵਿੱਚ ਵਕੀਲਾਂ ਨੇ ਉਹਦੇ ਖਿਲਾਫ਼ ਜਿਹੜੀ ਹੈਗੀ ਸਟ੍ਰਾਈਕ ਕਾਲ ਕਰਤੀ, ਤਾਂ ਅੱਜ ਮਾਫ਼ੀਆਂ ਮੰਗ ਰਿਹਾ ਹੈਗਾ ਕਿ ਮੈਂ ਆਹ ਨਹੀਂ ਸੀ ਕਿਹਾ, ਮੈਂ ਆਹ ਕਿਹਾ ਸੀ। ਉਹਦਾ ਰੋਜ਼ ਦਾ ਹੀ ਕੰਮ ਹੈ, ਮੈਨੂੰ ਲੱਗਦਾ ਕਿ ਉਹਦਾ ਮੈਂਟਲ ਜਿਹੜਾ ਸੰਤੁਲਨ ਹੈ ਉਹ ਕਿਤੇ ਨਾ ਕਿਤੇ ਵਿਗੜ ਚੁੱਕਿਆ ਹੈਗਾ। ਇਹ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਚਾਹੀਦਾ ਹੈਗਾ ਕਿ ਇਸ ਤਰ੍ਹਾਂ ਦੇ ਬੰਦੇ ਜਿਹੜੇ ਆਉਂਦਾ ਮੂੰਹ ਪੈਣਾ ਸ਼ੁਰੂ ਹੋ ਜਾਵੇ ਨਾ, ਕਿ ਉਹਨਾਂ ਨੂੰ ਜਿਹੜਾ ਹੈਗਾ ਰਾਜਨੀਤੀ ਤੋਂ ਦੂਰ ਕਰਨਾ ਚਾਹੀਦਾ ਉਸ ਦੀ, ਬਲਕਿ ਉਹ ਇਹੋ ਜਿਹੇ ਕੰਮ ਆਪਣੀ ਜਿਹੜੀ ਹੈਗੀ ਮੰਤਰੀਸ਼ਿਪ ਦੇ ਵਿੱਚ ਕਰਦਾ ਹੋਊਗਾ ਉਹਨੂੰ ਉਸ ਮੰਤਰੀ ਦੇ ਅਹੁਦੇ ਤੋਂ ਵੀ ਕੋਈ ਹਟਾਉਣਾ ਚਾਹੀਦਾ ਹੈਗਾ, ਤਾਂ ਕਿ ਉਹਦੀ ਜ਼ਬਾਨ ਹੈ ਜਿਹੜੀ ਉਹ ਘੱਟੋ ਘੱਟ ਬੰਦ ਹੋ ਸਕੇ। ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਦੱਸਿਆ ਜਾ ਰਿਹਾ ਕਿ ਬਾਜ਼ਾਰ ਦੇ ਵਿੱਚ ਦੁਕਾਨਾਂ ਤੇ ਆਏ ਹੋਏ ਨੌਜਵਾਨਾਂ ਨੇ ਭੰਨਤੋੜ ਕੀਤੀ ਤੇ ਇੱਟਾਂ ਰੋੜੇ ਚਲਾਏ ਗਏ। ਇਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਤਾਂ ਬੱਚਿਆਂ ਵਿਚਾਲੇ ਲੜਾਈ ਹੋਈ ਤੇ ਫਿਰ ਕੁਝ ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਆਏ ਤੇ ਉਹਨਾਂ ਨੇ ਇੱਟਾਂ ਰੋੜੀ ਤੇ ਬੋਤਲਾਂ ਚਲਾਉਣੀਆਂ ਸ਼ੁਰੂ ਕੀਤੀਆਂ। ਉਹਨਾਂ ਦੇ ਹੱਥ ਵਿੱਚ ਬੇਸਬਾਲ ਤੇ ਕਿਰਪਾਨਾਂ ਵੀ ਸਨ, ਜਿਨ੍ਹਾਂ ਨੇ ਦੁਕਾਨਾਂ ਦੀ ਭੰਨਤੋੜ ਕੀਤੀ ਤੇ ਉਹਨਾਂ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ ਬਾਪੂ ਗੁਰਚਰਨ ਸਿੰਘ ਤੇ ਮਹਾਬੀਰ ਸਿੰਘ ਸੁਲਤਾਨਵੀਰ ਦਾ ਕਹਿਣਾ ਹੈ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਲੁਧਿਆਣਾ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਅਵਨੀਤ ਬਿੱਟੂ ਦੀ ਚੋਣ ਰੈਲੀ ਦੌਰਾਨ ਬਿੱਟੂ ਨਾਲ ਆਪਣੀ 5 ਸਾਲ ਦੀ ਦੋਸਤੀ ਦਾ ਹਵਾਲਾ ਦਿੰਦੇ ਹੋਏ ਉਸਦੇ ਦਾਦੇ ਬੇਅੰਤ ਸਿੰਘ ਦੇ ਕਾਤਲਾਂ ਨੂੰ ਰਿਹਾਅ ਨਾ ਕਰਨ ਦੇ ਐਲਾਨ ਨੂੰ ਬਹੁ ਗਿਣਤੀ ਦੀਆਂ ਵੋਟਾਂ ਹਥਿਆਉਣ ਦੀ ਰਣਨੀਤੀ ਦੱਸਿਆ। ਉਹਨੇ ਕਿਹਾ ਕਿ ਅਜਿਹਾ ਬਿਆਨ ਪੰਜਾਬ ਦੇ ਸ਼ਾਂਤਮਈ ਤੇ ਸੁਰੱਖਿਅਤ ਭਵਿੱਖ ਲਈ ਖਤਰਾ ਬਣ ਸਕਦਾ ਹੈ। ਮੈਂ ਪ੍ਰੋਫੈਸਰ ਬਲਜਿੰਦਰ ਸਿੰਘ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਤੋਂ, ਪਿਛਲੇ ਦਿਨਾਂ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਲੁਧਿਆਣਾ ਵਿਖੇ ਰਵਨੀਤ ਬਿੱਟੂ ਜੋ ਕਿ ਭਾਜਪਾ ਦਾ ਲੋਕ ਸਭਾ ਦਾ ਉਮੀਦਵਾਰ ਹੈ ਉਹਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਸੀਗੇ ਔਰ ਉਹਨਾਂ ਨੇ ਇਹ ਦਾਅਵਾ ਕੀਤਾ ਸੀਗਾ ਕਿ ਰਵਨੀਤ ਬਿੱਟੂ ਪਿਛਲੇ 5 ਸਾਲਾਂ ਤੋਂ ਉਹਨਾਂ ਦਾ ਇੱਕ ਬਹੁਤ ਕਲੋਜ਼ ਮਿੱਤਰ ਹੈ ਔਰ ਉਹ ਆਪਣੀ ਦੋਸਤੀ 'ਤੇ ਮਾਣ ਕਰ ਰਹੇ ਸੀਗੇ।
ਔਰ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਰਵਨੀਤ ਬਿੱਟੂ ਦੇ ਦਾਦਾ ਬੇਅੰਤ ਸਿੰਘ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਸੀਗੇ, ਉਹਨਾਂ ਨੂੰ ਜਿਹਨਾਂ ਲੋਕਾਂ ਨੇ ਮਾਰਿਆ ਹੈ, ਭਾਵ ਭਾਈ ਜਗਤਾਰ ਸਿੰਘ ਜੀ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਿਓਰਾ ਜੀ, ਰਾਜੋਵਾਣਾ ਜੀ ਅਤੇ ਉਹਨਾਂ ਦੇ ਸਾਰੇ ਸਾਥੀਆਂ ਦਾ ਹਵਾਲਾ ਦਿੰਦੇ ਉਹਨਾਂ ਨੇ ਕਿਹਾ ਕਿ ਜਿਹਨਾਂ ਨੇ ਬੇਅੰਤ ਸਿੰਘ ਨੂੰ ਮਾਰਿਆ ਹੈ ਉਹਨਾਂ ਦੀ ਰਿਹਾਈ ਬਿਲਕੁਲ ਵੀ ਨਹੀਂ ਕੀਤੀ ਜਾਏਗੀ। ਇਹ ਬੜਾ ਹੈਰਾਨਗੀ ਵਾਲਾ ਇੱਕ ਬਿਆਨ ਸੀਗਾ ਜਿਸ ਨੇ ਕਿ ਪੰਜਾਬ ਦੇ ਵਿੱਚ ਇੱਕ ਬੜੀ ਸਨਸਨੀ ਮਚਾਈ ਔਰ ਉਸ ਬਿਆਨ ਨੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਦਰ ਕੇ ਰੱਖਤਾ। ਡੀਐਸਪੀ ਸਬ ਡਿਵੀਜ਼ਨ ਫਾਜ਼ਿਲਕਾ ਸੁਬੇਗ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਲੇਖਰਾਜ ਮੁੱਖ ਅਫਸਰ ਥਾਣਾ ਸਿਟੀ ਫਾਜ਼ਿਲਕਾ ਵੱਲੋਂ ਫਾਜ਼ਿਲਕਾ ਸ਼ਹਿਰ ਦੇ ਪੁਰਾਣੇ ਬੋਹਰੀ ਬੱਸ ਅੱਡੇ ਤੇ ਮਹਿਰੀਆਂ ਬਾਜ਼ਾਰ 'ਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਤਕਰਾਰ ਨੂੰ ਸੁਲਝਾਉਂਦੇ ਹੋਏ ਦੋਨਾਂ ਧਿਰਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਹੈ। ਦਰਅਸਲ ਮਹਿਰੀਆਂ ਬਾਜ਼ਾਰ ਤੇ ਪੁਰਾਣੇ ਬੋਹਰੀ ਬੱਸ ਅੱਡੇ ਤੇ ਸਬਜ਼ੀ ਤੇ ਫਰੂਟ ਦੀਆਂ ਰੇਹੜੀਆਂ ਨੂੰ ਲੈ ਕੇ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਵਿਚਕਾਰ ਵਿਵਾਦ ਚੱਲ ਰਿਹਾ ਸੀ, ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਦੋਨਾਂ ਧਿਰਾਂ ਦੇ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਗਈ ਹੈ। ਵੀ 4-5 ਦਿਨ ਪਹਿਲਾਂ ਸਿਵਲ ਪ੍ਰਸ਼ਾਸਨ ਵੱਲੋਂ ਦੁਕਾਨਾਂ ਦੇ ਅੱਗੋਂ ਰੇਹੜੀਆਂ ਹਟਾਈਆਂ ਗਈਆਂ ਸਨ। ਇਸ ਗੱਲ ਨੂੰ ਲੈ ਕੇ ਦੋਨਾਂ ਧਿਰਾਂ ਦਾ ਆਪਸ ਵਿੱਚ ਤਕਰਾਰ ਹੋਇਆ ਸੀ। ਸਾਡੇ ਵੱਲੋਂ ਇਸ ਵਿੱਚ ਦੋਨੇ ਧਿਰਾਂ ਸਿਵਲ ਹਸਪਤਾਲ ਜਾ ਕੇ ਦਾਖਲ ਹੋਈਆਂ ਨੇ। ਇੱਕ ਧਿਰ ਦਾ ਬਿਆਨ ਲਿਖ ਕੇ ਸਾਡੇ ਵੱਲੋਂ ਥਾਣਾ ਸਿਟੀ 'ਚ ਮੁਕਦਮਾ ਦਰਜ ਕੀਤਾ ਗਿਆ, ਦੂਸਰੀ ਧਿਰ ਦਾ ਵੀ ਬਿਆਨ ਲਿਖ ਕੇ ਮੁਕਦਮਾ ਦਰਜ ਕੀਤਾ ਜਾ ਰਿਹਾ। ਇਸ ਸੰਬੰਧੀ ਜੋ ਪ੍ਰੈਸ ਵਿੱਚ ਅੱਜ ਅਖਬਾਰ ਵਿੱਚ ਖਬਰ ਲੱਗੀ ਸੀ, ਪੁਲਿਸ ਦਾ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂ ਪ੍ਰਸ਼ਾਸਨ ਦੀ ਢਿੱਲ ਮਿੱਠ, ਇਹਦੇ ਵਿੱਚ ਉਹ ਬਿਲਕੁਲ ਗਲਤ ਖਬਰ ਲਾਈ ਗਈ ਹੈ। ਅਸਲ ਜਿਹੜੀ ਖਬਰ ਸੀ ਉਹ ਤੱਥਾਂ ਦੇ ਆਧਾਰ 'ਤੇ ਨਹੀਂ ਲਾਈ ਗਈ ਹੈਗੀ। ਐਕਚੁਅਲੀ ਵਿੱਚ ਉੱਥੇ ਮੇਨ ਮਸਲਾ ਹੈਗਾ, ਇੱਕ ਧਿਰ ਰੇਹੜੀਆਂ ਲਵਾਉਣੀ ਚਾਹੁੰਦੀ ਸੜਕ ਦੇ ਦੁਕਾਨਾਂ ਦੇ ਅੱਗੇ, ਦੂਸਰੀ ਧਿਰ ਕਹਿੰਦੀ ਦੁਕਾਨਾਂ ਦੇ ਅੱਗੇ ਰੇਹੜੀਆਂ ਨਾ ਲੱਗਣ। ਪਾਕਿਸਤਾਨ ਸਰਕਾਰ ਵੱਲੋਂ ਅੱਜ 4 ਭਾਰਤੀ ਕੈਦੀ ਨਾਗਰਿਕਾਂ ਨੂੰ ਰਿਹਾ ਕੀਤਾ ਗਿਆ। ਲੋਕ ਆਪਣੀ ਸਜ਼ਾ ਪੂਰੀ ਕਰ ਅੱਜ ਭਾਰਤ ਅਟਾਰੀ ਵਾਹਗਾ ਸਰਹੱਦ ਦੇ ਰਾਹੀਂ ਪਹੁੰਚੇ ਨੇ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰੋਟੋਕੋਲ ਅਧਿਕਾਰੀ ਮਾਹਲ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਵੱਲੋਂ 4 ਭਾਰਤੀ ਨਾਗਰਿਕਾਂ ਨੂੰ ਰਿਹਾ ਕੀਤਾ ਗਿਆ। ਦੱਸਿਆ ਕਿ ਇਹਨਾਂ 'ਚੋਂ ਇੱਕ ਮਹਿਲਾ ਨੇ ਉਸਦਾ ਬੱਚੇ ਨੂੰ ਰਿਹਾ ਕੀਤਾ ਗਿਆ। ਇਸ ਦੇ ਨਾਲ ਹੀ 2 ਵਿਅਕਤੀ ਹੋਰ ਨੇ ਜਿਨ੍ਹਾਂ ਨੂੰ ਅੱਜ ਰਿਹਾ ਕੀਤਾ ਗਿਆ। ਨੇ ਕਿਹਾ ਕਿ ਮਹਿਲਾ ਜਿਸਦਾ ਨਾਮ ਵਹੀਦਾ ਬੇਗਮ ਹੈ, ਇਸਦੀ ਉਮਰ 37 ਸਾਲ ਦੇ ਕਰੀਬ ਹੈ ਅਤੇ ਇਸਦਾ 11 ਸਾਲ ਦਾ ਬੱਚਾ ਜਿਸਦਾ ਨਾਮ ਫੈਜ਼ ਖਾਨ ਹੈ। ਉਹਨਾਂ ਕਿਹਾ ਕਿ ਵਹੀਦਾ ਬੇਗਮ ਮੂਲ ਰੂਪ ਵਿੱਚ ਅਸਾਮ ਦੇ ਨਗਾਓਂ ਦੀ ਰਹਿਣ ਵਾਲੀ ਹੈ ਅਤੇ ਪਾਕਿਸਤਾਨ ਦੀ ਕਵੇਟਾ ਜੇਲ੍ਹ ਵਿੱਚ ਬੰਦ ਸੀ ਅਤੇ 8 ਮਹੀਨੇ ਦੀ ਸਜ਼ਾ ਕੱਟ ਭਾਰਤ ਵਾਪਸ ਅੱਜ ਇਹ ਪਰਤ ਰਹੇ ਨੇ। ਅੱਜ ਪਾਕਿਸਤਾਨ ਸਰਕਾਰ ਵੱਲੋਂ ਭਾਰਤੀ ਸਿਵਲ ਕੈਦੀ 4 ਰਿਲੀਜ਼ ਕੀਤੇ ਗਏ ਆ, ਜਿਨ੍ਹਾਂ ਵਿੱਚੋਂ ਇੱਕ ਲੇਡੀਜ਼ ਹੈ, ਇੱਕ ਉਹਦਾ ਬੇਟਾ 11-12 ਸਾਲ ਦਾ ਅਤੇ 2 ਜੈਂਟਸ ਹੋਰ ਹੈ। ਲੇਡੀਜ਼ ਦਾ ਨਾਮ ਵਹੀਦਾ ਬੇਗਮ ਅਤੇ ਇਹਦੇ ਬੇਟੇ ਦਾ ਨਾਮ ਫੈਜ਼ ਖਾਨ ਆ, ਜਿਹੜੇ ਕਿ ਅਸਾਮ ਦੇ ਰਹਿਣ ਵਾਲੇ ਆ। ਇਹ 13 ਨਵੰਬਰ 2022 ਨੂੰ ਇਹ ਕਿਸੇ ਦੇ ਕਹਿਣ ਦੇ ਉੱਤੇ ਕਿਸੇ ਦੇ ਨਾਲ ਕਲਕੱਤਾ, ਅਸਾਮ ਤੋਂ ਕਲਕੱਤਾ, ਕਲਕੱਤਾ ਤੋਂ ਦੁਬਈ, ਦੁਬਈ ਤੋਂ ਕੰਧਾਰ, ਕੰਧਾਰ ਤੋਂ ਜਦੋਂ ਇਹ ਕੋਇਟਾ ਪਹੁੰਚੇ ਅਤੇ ਲੜਕੀ ਜਿਹੜੀ ਬੇਗਮ ਜਿਹਦਾ ਨਾਮ ਵਹੀਦਾ ਬੇਗਮ ਆ, ਇਹਨੇ ਪਾਕਿਸਤਾਨ ਦੇ ਜਿਹੜੇ ਪੁਲਿਸ ਆਫਿਸਰ ਸੀ ਉਹਨਾਂ ਨੂੰ, ਆਰਮੀ ਵਾਲਿਆਂ ਨੇ ਦੱਸਿਆ ਵੀ ਮੈਨੂੰ ਇਹ ਕਿਡਨੈਪ ਕਰਕੇ ਲਾਇਆ, ਜਿੱਥੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਅਰੈਸਟ ਕਰਕੇ। ਇਹਨਾਂ ਦੀ ਸਜ਼ਾ ਪੂਰੀ ਹੋਣ ਤੋਂ ਉਪਰੰਤ ਅੱਜ ਇਹਨਾਂ ਨੂੰ ਰਿਲੀਜ਼ ਕੀਤਾ ਗਿਆ। ਇਹ ਤੋਂ ਇਲਾਵਾ ਇੱਕ ਸੂਰਜਪਾਲ ਆ, ਜੋ ਕਿ ਉਹਨਾਂ ਦਾ ਰਹਿਣ ਵਾਲਾ, ਦਿਮਾਗੀ ਤੌਰ 'ਤੇ ਅਪਸੈਟ ਆ, ਇਹ ਪ੍ਰੋਪਰ ਆਪਣਾ ਦੱਸ ਨਹੀਂ ਸਕਿਆ ਵੀ ਕਦੋਂ ਤੋਂ ਗਿਆ ਅਤੇ ਕਿੰਨਾ ਚਿਰ ਸਜ਼ਾ ਕੱਟੀ। ਇਸ ਤੋਂ ਇਲਾਵਾ ਇੱਕ ਸ਼ਬੀਰ ਅਹਿਮਦ ਆ, ਜਿਹਦੀ ਉਮਰ 30-35 ਸਾਲ ਆ, ਇਹ ਬਾਰਮੇਡ ਰਾਜਸਥਾਨ ਰਹਿਣ ਵਾਲਾ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਪਾਕਿਸਤਾਨ ਮਿਲਣ ਵਾਸਤੇ ਇਲੀਗਲ ਤੌਰ ਦੇ ਉੱਤੇ ਇਹਨੇ ਕ੍ਰੋਸ ਕੀਤਾ ਵਾ, ਜਿਹਨੂੰ 3 ਸਾਲ ਦੀ, 2.5 ਤੋਂ 3 ਸਾਲ ਦੀ ਕੈਦ ਹੋਈ ਆ।
ਇਹ 4% ਨੂੰ ਅੱਜ ਪਾਕਿਸਤਾਨ ਸਰਕਾਰ ਵੱਲੋਂ ਰਿਜੈਕਟ ਕੀਤਾ ਗਿਆ, ਜਿਹੜੇ ਕਿ 22 ਫੁੱਟ ਪਾਕਿਸਤਾਨ ਅਟਾਰੀ ਬਾਰਡਰ ਸਰਹੱਦ ਕਰੋਸ ਕਰਕੇ ਭਾਰਤ ਅੰਦਰ ਆਏ, ਜਿਹਨਾਂ ਦਾ ਕਸਟਮ ਅਤੇ ਇਮੀਗ੍ਰੇਸ਼ਨ ਹੋਣ ਤੋਂ ਉਪਰੰਤ ਤਹਿਸੀਲਦਾਰ ਅਟਾਰੀ ਜੀ ਦੇ ਹੈਂਡਓਵਰ ਕੀਤਾ ਜਾ ਰਿਹਾ ਵਾ। ਕੀਰਤਪੁਰ ਸਾਹਿਬ ਦੇ ਨਜ਼ਦੀਕੀ ਜੰਗਲ ਇਲਾਕੇ ਦੇ ਪਿੰਡ ਦੇਣੀ ਵਿਖੇ ਐਸੀ ਭਾਈਚਾਰੇ ਦੀ ਬਸਤੀ ਵਿਚ ਤੂੜੀਆਂ ਦੇ ਕੁੱਪਾਂ ਤੇ ਜੰਗਲ ਨੂੰ ਅਚਾਨਕ ਅੱਗ ਲੱਗੀ, ਜਿਸ ਨਾਲ ਉਕਤ ਭਾਈਚਾਰੇ ਦੇ 30 ਤੋਂ 35 ਤੂੜੀ ਦੇ ਕੁੱਪ ਸੜ ਕੇ ਸਵਾਹ ਹੋ ਗਏ, ਜਿਸ ਨਾਲ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ। ਇਸ ਮੌਕੇ ਉਕਤ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਵੀ ਪ੍ਰਸ਼ਾਸਨ ਦਾ ਇੱਕ ਵੀ ਅਧਿਕਾਰੀ ਉਹਨਾਂ ਦੇ ਪਿੰਡ ਤੱਕ ਨਹੀਂ ਪਹੁੰਚਿਆ, ਜਿਸ ਕਾਰਨ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਵਿੱਚ ਲੱਗੀ ਇੱਕ ਪ੍ਰਾਈਵੇਟ ਫੈਕਟਰੀ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾ ਕੇ ਅੱਗ ਤੇ ਕਾਬੂ ਪਾਉਣਾ ਪਿਆ। ਉਹਨੇ ਕਿਹਾ ਕਿ ਅੱਜ ਦੂਜਾ ਦਿਨ ਬੀਤ ਜਾਣ ਦੇ ਬਾਅਦ ਵੀ ਪੰਜਾਬ ਦਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਿਆਸੀ ਪਾਰਟੀ ਦਾ ਆਗੂ ਉਹਨਾਂ ਤੱਕ ਨਹੀਂ ਪਹੁੰਚਿਆ। ਉਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਦੇ ਪਸ਼ੂਆਂ ਲਈ ਤੂੜੀ ਆਦਿ ਤੇ ਉਹਨਾਂ ਦੀ ਹੋਰ ਮਦਦ ਜ਼ਰੂਰ ਕਰਨ। ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ। ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।